ਵਿਦੇਸ਼ਾਂ ਵਿੱਚ ਬੈਠੇ ਚਰਦੀਕੜਾ ਟਾਈਮ ਤੇ ਵੀ ਵੇਖ ਰਹੇ ਸੂਝਵਾਨ ਦਰਸ਼ਕਾਂ ਨੂੰ ਜੈ ਤੇ ਇੱਕ ਸਗਨੰਦੀ ਫਤੇ ਪ੍ਰਬਾਨ ਕਰੋ ਮੋਬਾਈਲ ਜੇ ਕਾਲ ਸਾਹਿਬ ਵਾਈ ਜੇ ਬਤ ਹੈ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਅਸੀਂ ਭਾਈ ਸਾਹਿਬਾਈ ਮੋਹਨ ਸਿੰਘ ਜੀ ਗਾਰਡ ਨੂੰ ਅਸੀਂ ਯਾਦ ਕਰ ਰਹੇ ਹਾਂ ਭਾਈ ਸਾਹਿਬ ਬਹੁਤ ਸਿੰਘ ਜੀ ਗਾੜ ਸਿੱਖੋਂ ਦਾ ਵਿਸ਼ੇਸ਼ ਤੌਰ ਤੇ ਅਖੰਡਕੀਤਨੀ ਜਥੇ ਦੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਨਿਕਟ ਵਰਤਿਆਂ ਚੋਂ ਇੱਕ ਸਨ ਉਹ ਇੱਕ ਬਹੁਪੱਖੀ ਪ੍ਰਤਬਾਦੇ مالک ਹੋਰ ਬਹੁਤ ਹੀ ਉਹ ਗੁਰਮੁਖ ਰੂਹੀ ਇਹਨਾਂ ਨੇ ਸਮੁੱਚੀ ਜ਼ਿੰਦਗੀ ਖੋਜ ਕਾਰਜਾਂ ਦੇ ਵਿੱਚ ਔਰ ਗੁਰਮਤ ਮਾਰਗ ਦੇ ਚੱਲਦਿਆਂ ਹੋਇਆ ਉਹਨਾਂ ਨੇ ਆਪਣੇ ਸਿੱਖ ਗੁਰੂਆਂ ਦੇ ਸੰਦੇਸ਼ ਨੂੰ ਕਰਕਰ ਪਹੁੰਚਾਉਣ ਦੇ ਵਿੱਚ ਲਾਈ ਭਾਈ ਮੋਨ ਸਿੰਘ ਜੀ ਗਾੜ ਇੱਕ ਅਗਮੀ ਰੰਗਾ ਚ ਰੰਗੇ ਗੁਰਮਤ ਮਾਰਗ ਦੇ ਇਹ ਜੇ ਪੰਥੀ ਸਨ ਜਿਨ੍ਹਾਂ ਨੇ ਖੋਜ ਦੇ ਕਾਰਜਾਂ ਵਿੱਚ ਵਿਲੇਖਨ ਪੂਮਕਾ ਨਿਭਾਈ ਸੀ ਉਹਨਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੀ ਪ੍ਰੇਰਣਾ ਤੇ ਚੱਲਦੇ ਹੋਏ ਕਈ ਅਜਿਹੇ ਕਾਰਜ ਕੀਤੇ ਜਿਨ੍ਹਾਂ ਨੇ ਆਪਣੀ ਅਮਿਟ ਛਾਪ ਛੱਡੀ ਅੱਜ ਉਹਨਾਂ ਦੀ ਇਸ ਵਿਸ਼ੇਸ਼ ਗੱਲਬਾਤ ਦੇ ਸੰਦਰਭ ਵਿੱਚ ਉਹਨਾਂ ਦੇ ਸੁਪੁੱਤਰ ਸਦਰ ਪਤਪਾਲ ਸਿੰਘ ਜੀ ਹైదరాబాద్ ਤੋਂ ਵਿਸ਼ੇਸ਼ ਤੌਰ ਤੇ ਸਰੀ ਕੈਨੇਡਾ ਚ ਪਹੁੰਚੇ ਨੇ ਉਹ ਚਰਜੀ ਕਲਾ ਟਾਈਮ ਟੀਵੀ ਦੇ ਸਟੂਡੀਓ ਚ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਆਂ ਤੇ ਫਤਿਹ ਸਾਂਝੀ ਕਰਦੇ ਆਂ ਵੈਗਰ ਜੀ ਦਾ ਖਾਲਸਾ ਵੈਗਰ ਜੀ ਕੀ ਫਤ ਮੈਂ ਆਪ ਕੁਛ ਜ਼ਿਆਦਾ ਕੁਛ ਕਹਾ ਚੰਗਾ ਇਹ ਹੋਏਗਾ ਕਿ ਮੈਂ ਉਹਨਾਂ ਦੇ ਸੁਪੁੱਤਰ ਪ੍ਰਿਤਪਾਲ ਸਿੰਘ ਜੀ ਤੋਂ ਹੀ ਮੋਹਨ ਸਿੰਘ ਜੀ ਗਾਰਡ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਾਂ ਆਪਣੇ ਪ੍ਰਿਤਪਾਲ ਸਿੰਘ ਜੀ ਇਹ ਦੱਸੋ ਗਾਰਡ ਸਾਹਿਬ ਦਾ ਜਨਮ ਕਿੱਥੇ ਹੋਇਆ ਉਹਨਾਂ ਦਾ ਪਿਛੋਕੜ ਕਿੱਥੇ ਦਾ ਸੀ ਉਹਨਾਂ ਨੇ ਬੁਡ ਮਡ ਲਈ ਵਿਦਿਆ ਕਿੱਥੋਂ ਕੀਤੀ ਸੀ ਉਹਨਾਂ ਨੇ ਗ੍ਰੈਜੂਏਸ਼ਨ ਕਿੱਥੋਂ ਕੀਤੀ ਸੀ ਇਹ ਸਾਰੀਆਂ ਗੱਲਾਂ ਦੀ ਸਾਂਝ ਸਾਡੇ ਪਿਆਰੇ ਦਰਸ਼ਕਾਂ ਨੂੰ ਦਿਓ ਭਾਈ ਸਾਹਿਬ ਜੀ ਪਹਿਲਾਂ ਤੇ ਤੁਹਾਡਾ ਅਨੰਦ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਚਰਦੀ ਕਲਾ ਟਾਈਮ ਟੀਵੀ ਦਾ ਸ਼ੁਕਰੀਆ ਕਿ ਇਹਨਾਂ ਨੇ ਸਾਨੂੰ ਖਾਸ ਇੱਥੇ ਬੁਲਾ ਕੇ ਮੇਰੇ ਫਾਜ਼ਲ ਸਾਹਿਬ ਭਾਈ ਮੋਹਨ ਸਿੰਘ ਦੀ ਗਾੜੀ ਦੇ ਬਾਰੇ ਕੁਝ ਗੱਲਬਾਤ ਕਰਨ ਦਾ ਮੌਕਾ ਦਿੱਤਾ। ਇਸ ਮੌਕੇ ਤੇ ਮੈਂ ਸਭ ਤੋਂ ਪਹਿਲਾਂ ਤੇ ਜਿਵੇਂ ਪਾਸ਼ਟਾਨ ਨੇ ਪੁੱਛਿਆ ਹੈ ਮੇਰੇ ਫਾਦਰ ਸਾਹਿਬ ਦੀ ਸ਼ਖਸੀਅਤ ਦੇ ਬਾਰੇ ਜੋ ਵੀ ਦੱਸਿਆ ਬੇਸਿਕਲੀ ਮੈਂ ਜਿਹੜੀ ਗੱਲ ਕਰਾਂਗਾ ਉਹਨਾਂ ਦੇ ਦੋ ਪਹਿਲੂਆਂ ਦੀ ਗੱਲ ਕਰਨਿਆਂ ਇੱਕ ਤੇ ਹੁੰਦਾ ਹੈ ਮੇਰਾ ਰਿਲੇਸ਼ਨਸ਼ਿਪ ਉਹਨਾਂ ਦਾ ਜ਼ਿਆਦਾ ਸੀ ਐਜ਼ ਅ ਬਾਪ ਤੇ ਬੇਟੇ ਦਾ ਤੇ ਮੈਨੂੰ ਉਸ ਚੀਜ਼ ਦਾ ਜ਼ਿਆਦਾ ਗਿਆਨ ਉਹਨਾਂ ਦੇ ਜਿਹੜਾ ਕਿ ਉਹ ਚੀਜ਼ਾਂ ਜਿਹੜੀਆਂ ਸੰਗਤਾਂ ਨੂੰ ਜਾਂ ਬਾਹਰ ਲੋਕਾਂ ਨੂੰ ਨਹੀਂ ਪਤਾ ਉਹ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਤੇ ਸੋਸ਼ਲ ਜਿਹੜਾ ਸਟੇਟਸ ਸੀ ਸੋਸ਼ਲ ਉਹਨਾਂ ਦੇ ਬਾਰੇ ਜੋ ਸਕਦਾ ਉਹ ਸਾਬ ਨੇ ਦੱਸਿਆ ਜੈਤਿੰਗ ਅਨੰਦ ਸਾਹਿਬ ਨੇ ਇਹ ਜੋ ਸਭ ਤੋਂ ਪਹਿਲਾਂ ਜਿਹੜੀ ਵੱਡੀ ਗੱਲ ਜਿਸ ਨਾਲ ਤੁਸੀਂ ਸ਼ੁਰੂ ਕੀਤੀ ਹੈ ਕਿ ਮੇਰੇ ਫਾਦਰ ਸਾਹਿਬ ਮੋਨ ਸਿੰਘ ਗਾਰਡ ਵੈਸੇ ਇਹਨਾਂ ਦਾ ਜਨਮ 27 ਅਕਤੂਬਰ 1927 ਚ ਅਮਰਸਰ ਵਿੱਚ ਹੋਇਆ ਸੀ ਤੇ ਉਹਨਾਂ ਨੇ ਆਪਣੀ ਇਨੀਸ਼ੀਅਲ ਸਾਰੀ ਐਜੂਕੇਸ਼ਨ ਅਮਰਸਰ ਤੋਂ ਲਈ ਤੀ 1944 ਚ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਉਸ ਤੋਂ ਬਾਅਦ ਗਿਆਨੀ ਕੀਤੀ ਸਾਰਾ ਐਜੂਕੇਸ਼ਨ ਅੰਮ੍ਰਿਤਸਰ ਹੀ ਰਿਹਾ ਕਿੱਥੋਂ ਕੀਤੀ ਸੀ ਗ੍ਰੈਜੂਏਸ਼ਨ ਖਾਲਸਾ ਕਾਲਜ ਗ੍ਰੈਜੂਏਸ਼ਨ ਕੀਤੀ ਸੀ ਬੀਏ ਉਹਨੂੰ ਗ੍ਰੈਜ ਬੀਏ ਕਹਿੰਦੇ ਸੀ ਬੀਏ ਉਸ ਤੋਂ ਬਾਅਦ ਸਭ ਤੋਂ ਜਿਹੜੀ ਮੇਨ ਉਹਨਾਂ ਦੇ ਗੱਲ ਕਰਾਂਗਾ ਕਿ ਉਹਨਾਂ ਦੀ ਮਦਰ ਦੀ ਡੈਥ ਹੋ ਗਈ ਸੀ ਜਦੋਂ ਮੇਰੇ ਫਾਦਰ ਸਾਹਿਬ 2 ਸਾਲ ਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਫਾਦਰ ਉਹਨਾਂ ਦੇ ਮੇਰੇ ਦਾਦਾ ਜੀ ਨੇ ਦੂਸਰੀ ਮੈਰਿਜ ਕੀਤੀ ਤਾਂ ਉਹਨਾਂ ਦੀ ਸਟੈਪ ਮਦਰ ਸੀ ਜੋ ਕਿ ਸ਼ਾਇਦ ਉਹਨਾਂ ਦਾ ਰਿਲੇਸ਼ਨਸ਼ਿਪ ਨਹੀਂ ਉਹਨਾਂ ਨੂੰ ਠੀਕ ਰੱਖਿਆ ਕਰਕੇ ਤੇ ਉਹ ਉਹਨਾਂ ਦਾ ਜਿਹੜਾ ਬਚਪਨ ਸੀ ਨਾ ਉਹ ਮਾਂ ਪਿਓ ਦਾ ਜਿਹੜਾ ਪਿਆਰ ਉਹਦੇ ਵਿੱਚ ਤੇ ਸ਼ਾਇਦ ਪੂਰਾ ਪੂਰਾ ਨਹੀਂ ਉਤਰਿਆ ਜਾਂ ਨਹੀਂ ਮਿਲ ਸਕਿਆ ਸੀ ਉਹ ਕਦੀ ਕਦੀ ਗੱਲਾਂ ਕਰਦੇ ਹੁੰਦੇ ਸੀਗੇ ਤੇ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਬਹੁਤ ਪਤਾ ਸੀ ਇਸ ਤਰ੍ਹਾਂ ਕਰਕੇ ਬਟ ਬੇਸਿਕਲੀ ਉਹਨਾਂ ਨੇ ਜਦੋਂ ਐਜੂਕੇਸ਼ਨ ਖਤਮ ਕਰਨ ਤੋਂ ਬਾਅਦ ਆਪਣਾ ਨੌਕਰੀ ਬਾਰੇ ਕਰਨ ਵੇਲੇ ਸਭ ਤੋਂ ਪਹਿਲਾਂ ਉਹਨਾਂ ਨੇ ਨਾ ਪੁਲਿਸ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਸਜੈਸਟ ਕੀਤਾ ਵੀ ਚਲੋ ਪੰਜਾਬ ਪੁਲਿਸ ਵਿੱਚ ਨੌਕਰੀ ਕੀਤੀ ਅਪੁਆਇੰਟਮੈਂਟ ਮਿਲ ਗਈ ਨੌਕਰੀ ਕੀਤੀ 6 ਮਹੀਨੇ ਨੌਕਰੀ ਕਰਨ ਤੋਂ ਬਾਅਦ ਨੌਕਰੀ ਛੱਡਣ ਦੀ ਕੋਸ਼ਿਸ਼ ਕਰਨ ਲੱਗੇ ਕਿਉਂਕਿ ਲੋਕ ਸਾਰੀ ਫੈਮਿਲੀ ਲੋਕਾਂ ਨੂੰ ਪੁੱਛਿਆ ਕਹਿੰਦੇ ਯਾਰ ਉੱਥੇ ਤੇ ਬੜੀਆਂ ਗਾਲਾਂ ਕੱਢਣੀਆਂ ਪੈਂਦੀਆਂ ਤੇ ਬਹੁਤ ਹੀ ਉਹ ਮਹਿਕਮਾ ਐਸਾ ਹੈ ਕਿ ਮੈਂ ਤੇ ਨਹੀਂ ਉੱਥੇ ਰਹਿ ਸਕਦਾ ਤੇ ਉਸਨੇ ਜਿਵੇਂ ਕਹਿੰਦੇ ਸੀ ਬੜੀ ਮੁਸ਼ਕਿਲਾਂ ਨਾਲ ਕੋਈ ਲੋਕੀ ਨੌਕਰੀ ਮਿਲਦੀ ਹੈ ਤੇ ਤੁਸੀਂ ਕਹਿੰਦੇ ਨਹੀਂ ਨਹੀਂ ਮੈਂ ਨਹੀਂ ਰਹਿ ਸਕਦਾ ਇਥੇ ਕਰਕੇ ਤੋਂ ਮੇਰੇ ਖਾਲ 8 ਕੁ ਮਹੀਨੇ 9 ਮਹੀਨੇ ਉਹਨਾਂ ਨੂੰ ਨੌਕਰੀ ਸੀ ਨੌਕਰੀ ਡਿਜ਼ਾਈਨ ਕਰਦਾ ਡਿਜ਼ਾਈਨ ਕਰਨ ਤੋਂ ਬਾਅਦ ਫਿਰ ਉਹ ਨਵੀਂ ਨੌਕਰੀ ਲਵਣੀ ਹੈ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਉਹਨ ਕਰਕੇ ਉਹਨਾਂ ਨੂੰ ਰੇਲਵੇ ਚ ਉਹਨਾਂ ਨੇ ਅਪਲਾਈ ਕੀਤਾ ਤੇ ਉੱਥੇ ਉਹਨਾਂ ਨੂੰ ਨੌਕਰੀ ਮਿਲੀ ਫਸਤ ਉਹਨਾਂ ਦੀ ਪੋਸਟਿੰਗ ਹੋਈ ਕਾਸਗੰਜ ਯੂਪ ਵਿੱਚ ਹੈ ਬਰੇਲੀ ਡਿਸਟ੍ਰਿਕਟ ਦੇ ਵਿੱਚ ਤੇ ਐਜ਼ ਅ ਗਾਰਡ ਉਹਨਾਂ ਦੀ ਅਪਾਇੰਟਮੈਂਟ ਹੋ ਗਈ ਥਿਸ ਵਾਸ 1953 ਤੇ ਉਸ ਤੋਂ ਪਹਿਲਾਂ ਜਿਵੇਂ ਮੈਂ ਦੱਸ ਸਕਨਾ ਕਿ ਮੇਰੇ ਉਹਨਾਂ ਦਾ ਮੇਰੇ ਨਨਕਿਆਂ ਵਿੱਚ ਥੋੜਾ ਜਿਹਾ ਆ ਨਾ ਜਾਣਾ ਸੀ ਫੈਮਿਲੀ ਰਿਲੇਸ਼ਨਸ਼ਿਪ ਸੀਗਾ ਤੇ ਉਹਨਾਂ ਦੇ ਕਰਕੇ ਉਹਨਾਂ ਨੇ ਕਿਸੇ ਪ੍ਰਪੋਜ਼ ਕੀਤਾ ਤੇ ਮੇਰੀ ਮਦਰ ਵੀ ਨਰਿੰਦਰ ਕੌਰ ਡੀ ਨਾਲ ਉਹਨਾਂ ਦਾ ਵਿਆਹ ਹੋਇਆ 1950 ਚ ਤੇ ਉਸ ਤੋਂ ਬਾਅਦ 1953 ਜਦੋਂ ਨੌਕਰੀ ਲੱਗ ਗਈ ਥੈਨ ਉਹ ਫਿਰ ਉੱਥੇ ਕਾਜ਼ਗੰਜ ਆ ਗਿਆ ਕਾਜ਼ਗੰਜ ਜਾਣ ਤੋਂ ਬਾਅਦ ਮੈਂ ਉਹਨਾਂ ਦੇ ਮੈਂ ਪੈਦਾ ਹੋਇਆ 1954 ਵਿੱਚ ਮੇਰੀ ਸਿਸਟਰ 1952 ਵਿੱਚ ਤੇ ਮੇਰਾ ਇੱਕ ਨੈਕਸਟ ਛੋਟਾ ਬ੍ਰਦਰ ਹੈ ਉਹ 1962 ਵਿੱਚ ਅਸੀਂ ਤਿੰਨ ਭੈਣ ਭਰਾ ਹਾਂ ਤੇ ਜਿੱਥੋਂ ਤੱਕ ਮੈਂ ਆਪਣਾ ਗੱਲ ਕਰਾਂ ਕਿ ਮੈਂ ਉਹਨਾਂ ਨੂੰ ਉਹਨਾਂ ਦੀ ਆਪਣੀ ਜਿਹੜੀ ਪਰਸਨਲ ਲਾਈਫ ਵਿੱਚ ਉਹਨਾਂ ਨੂੰ ਮੈਂ ਤਿੰਨ ਹਿੱਸਿਆਂ ਵਿੱਚ ਗਵਾਈਡ ਕਰਾਂ ਇੱਕ ਤੇ ਉਹਨਾਂ ਦਾ ਜਦੋਂ ਕਾਰਸਗਾ ਵਿੱਚ 1953 ਤੋਂ 65 ਚ ਰਹੇ ਸੀ ਤੇ ਮੇਰਾ ਜਨਮ ਹੋਇਆ ਸੀ 54 ਤੋਂ ਮੈਂ 8-9 ਸਾਲ ਉੱਥੇ ਉਹਨਾਂ ਨਾਲ ਕੱਟਿਆ ਬਚਪਨ ਦਾ ਬਚਪਨਾ ਸੀ ਉੱਥੇ 1965 ਤੋਂ ਬਾਅਦ ਉਹਨਾਂ ਦੀ ਟ੍ਰਾਂਸਫਰ ਪੋਸਟਿੰਗ ਹੋ ਗਈ ਕਾਨਪੁਰ ਯੂਪੀ ਉੱਥੇ ਉਹ ਟੀਲ 1985 ਤੱਕ ਰਹੇ 20 ਸਾਲ ਜਿੱਥੇ ਕਿ ਉਹ ਫਿਰ ਫਾਈਨਲੀ ਰਿਟਾਇਰ ਹੋ ਤੁਏ ਤੇ ਉਹ ਡਿਊਰਿੰਗ ਦੈਟ ਟਾਈਮ ਮੇਰੀ ਐਜੂਕੇਸ਼ਨ ਕਾਨਪੁਰ ਹੋਈ ਤੇ ਮੈਂ ਉਹਨੂੰ ਕਿ ਮੈਂ 12 ਸਾਲ ਕੋ ਉਹਨਾਂ ਉੱਥੇ ਰਿਹਾ ਕਿਉਂਕਿ ਮੈਂ 77 ਚ ਫਿਰ ਆਪਣੀ ਪੋਸਟ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕਾਨਪੁਰ ਤੋਂ ਮੈਂ ਫਿਰ ਨੌਕਰੀ ਲਗਨ ਪੰਜਾਬ ਪੰਜਾਬ ਐਂਡ ਸਿੰਧ ਬੈਂਗ ਵਿੱਚ ਨੌਕਰੀ ਜੁਆਇਨ ਕੀਤੀ ਤੇ ਮੇਰੀ ਪੋਸਟਿੰਗ हैदराबाद हो गई साउथ वेट तो ਉਸ ਤੋਂ ਅਮਨਾ ਮੈਂ ਕਹਾਂਗਾ ਮੇਰਾ ਦੂਸਰਾ ਜਿਹੜਾ ਪੜਾਅ ਸੀ ਉਹਨਾਂ ਦੇ ਨਾਲ ਮੇਰੇ ਜਵਾਨੀ ਦਾ ਉਹ 65 ਤੋਂ ਲੈ ਕੇ 77 ਤੱਕ ਰਿਹਾ ਉਸ ਤੋਂ ਬਾਅਦ 77 ਤੋਂ ਲੈ ਕੇ ਮੈਂ ਜਦੋਂ ਫਿਰ ਹైదరాబాద్ ਆ ਗਿਆ ਤਾਂ ਅਸੀਂ ਫਿਰ ਕਦੀ ਕਦਾਈ ਸਾਲ ਦੋਸਤਾਂਾਂ ਮਿਲਦੇ ਸੀ ਜਦ ਦੀ ਛੁੱਟੀ ਮੈਂ ਜਾਣਾ ਕਦੀ ਉਹਨਾਂ ਨੇ ਮੇਰੇ ਕੋਲ ਆਣਾ ਤੇ ਇਸ ਤਰ੍ਹਾਂ ਹੀ ਨਿਕਲ ਗਏ 2019 1900 ਤੁਸੀਂ ਕਹਿ ਸਕਦੇ 200 2012 ਤੱਕ ਜਦੋਂ ਕਿ ਫਾਈਨਲੀ ਉਹਨਾਂ ਨੂੰ ਮੈਂ ਆਪਣੇ ਕੋਲ ਲਿਆਇਆ ਉਹ ਕਾਫੀ ਬਜ਼ੁਰਗ ਹੋ ਚੁੱਕੇ ਸੋ ਉਹ ਮੇਰਾ ਤੀਸਰਾ ਪੜਾਅ ਸੀ ਉਹਨਾਂ ਦੇ ਨਾਲ ਰਹਿਣ ਦਾ 7 ਸਾਲ ਫਿਰ ਮੈਂ ਲਾਸਟ ਵਿੱਚ ਉਹਨਾਂ ਦੇ ਨਾਲ ਮੇਰੀ ਉਹਨਾਂ ਨਾਲ ਰਹਿ ਕੇ ਜਿਹੜਾ ਨਾ ਜੀਵਨ ਗੁਜ਼ਰਿਆ ਤਾਂ ਇਹ ਮੇਰੇ ਤਿੰਨ ਪੜਾਵ ਨੇ ਜਿਹੜਾ ਕਿ ਨਾਲ ਉਹਨਾਂ ਦੇ ਨਾਲ ਮੈਂ ਰਹਿ ਕੇ ਜ਼ਿੰਦਗੀ ਕੱਟੀ ਉਹ ਗੱਲਾਂ ਜਿਹੜੀਆਂ ਨਾ ਅਸੀਂ ਬਚਪਨ ਵਿੱਚ ਤੇ ਸਾਨੂੰ ਨਹੀਂ ਸਮਝ ਆਉਂਦੀਆਂ ਸੀ ਲੇਕਿਨ ਉਹ ਸਾਰਾ ਜਿਹੜਾ ਸਾਰਾ ਜਿਹੜਾ ਜੀ ਮੈਂ ਦੇਖਿਆ ਉਹਨਾਂ ਵਿੱਚ ਉਹ ਮੈਂ ਜਦੋਂ ਮੇਰੇ ਕੋਲ ਆਏ ਬਜ਼ੁਰਗ ਰੇਡੀਓ ਵਿੱਚ 2012 ਤੋਂ ਬਾਅਦ ਉਹ ਮੈਂ ਦੇਖਿਆ ਕਿ ਮੈਂ ਜਿਹੜਾ ਲੋਕਾਂ ਗੱਲਾਂ ਲੋਕੀ ਗੱਲਾਂ ਕਰਦੇ ਸੀ ਉਹਨਾਂ ਦੇ ਬਾਰੇ ਦੈਨ ਉਹਨੂੰ ਮੈਂ ਰਿਅਲਾਈਜ਼ ਕੀਤਾ ਕਿ ਸ਼ਾਇਦ ਮੈਂ ਦੇਖਣ ਤੋਂ ਬਾਅਦ ਲੱਗਿਆ ਕਿ ਮੈਂ ਬੜਾ ਕੁਝ ਮਿਸ ਕੀਤਾ ਉਹਨਾਂ ਦੀ ਕੰਪਨੀ ਉਹਨਾਂ ਦਾ ਸ਼ਾਇਦ ਮੈਂ ਉਹਨਾਂ ਦੇ ਨਾਲ ਲੰਦਾ ਇਨੇ ਸਾਲ ਤਾਂ ਸ਼ਾਇਦ ਮੈਂ ਹੋਰ ਕੁਝ ਕਰਦਾ ਮੈਂ ਇੱਥੇ ਬੜਾ ਕੁਝ ਮਿਸ ਕੀਤਾ ਮੈਂ ਭਾਈ ਸਾਹਿਬ ਭਾਈ ਮੌਨ ਸਿੰਘ ਜੀ ਗਾਰਡ ਜਿਹੜੇ ਇੱਕ ਬੇਨਿਆਜ਼ ਹਸਤੀ ਹੋਏ ਨੇ ਉਹਨਾਂ ਨੇ 1953 ਵਿੱਚ ਖੰਡੇ ਬਾਟੇ ਦਾ ਅਮਰ ਚੱਕਿਆ ਸੀ। ਔਰ ਦਸੰਬਰ 1953 ਔਰ ਉਸ ਤੋਂ ਕੁਨਾ ਦੀ ਜਿਹੜੀ ਸਾਜ ਪਿਆਰ ਤੇ ਮੁਹੱਬਤ ਭਾਈ ਸਾਹਿਬ ਭਾਈ ਰਣਤੇਜ ਸਿੰਘ ਨਾਲ ਜੁੜੀ। ਉਹ ਭਾਈ ਸਾਹਿਬ ਦਾ ਜਿਹੜਾ ਮੋਹ ਸੀ, ਪਿਆਰ ਸੀ। ਉਹਨਾਂ ਨੇ ਉਹਨਾਂ ਨੂੰ ਆਪਣੇ ਨਾਲ ਇਸ ਢੰਗ ਨਾਲ ਜੋੜਿਆ ਕਿ ਉਹ ਜਿੱਥੇ ਵੀ ਕੋਈ ਸਮਾਗਮ ਹੁੰਦੇ ਸਨ ਔਰ ਰੇਲਵੇ ਚੋਂ ਛੁੱਟੀ ਲੈ ਕੇ ਉੱਥੇ ਪਹੁੰਚਦੇ ਸਨ ਭਾਈ ਸਾਹਿਬ ਜੀ ਉਹਨਾਂ ਨੂੰ ਚਿੱਠੀ ਲਿਖਦੇ ਕਾਤ ਲਿਖਦੇ ਔਰ ਉਹਨਾਂ ਨੂੰ ਆਪਣੀ ਏਕ ਨਾਲ ਲਾ ਕੇ ਰੱਖਦੇ ਔਰ ਭਾਈ ਸਾਹਿਬ ਨੇ ਉਹਨਾਂ ਨੂੰ ਇੰਨਾ ਮਾਨ ਦਿੱਤਾ ਕਿ ਉਹਨਾਂ ਨੇ ਭਾਈ ਸਾਹਿਬ ਦੇ ਜੀਵਨ ਕਾਲ ਦੇ ਵਿੱਚ ਅਨੇਕਾਂ ਵਾਰ ਅੰਮ੍ਰਿਤ ਸੰਚਾਰਾਂ ਦੇ ਵਿੱਚ ਐਜ਼ ਅ ਪੰਜਾਂ ਪਿਆਰਿਆਂ ਦੀ ਇਹ ਸੇਵਾ ਵੀ ਉਹਨਾਂ ਨੇ ਨਿਭਾਉਂਦੇ ਰਹੇ ਇੱਥੇ ਹੀ ਬਸ ਨੇ ਤੁਸੀਂ ਜਾਣਦੇ ਹੋ ਕਿ ਭਾਈ ਸਾਹਿਬ ਨੇ ਗੁਰਮਤ ਸਾਇਤ ਦੀ ਬੜੀ ਵੱਡੀ ਰਚਨਾ ਕੀਤੀ ਉਹਨਾਂ ਨੇ 40 ਦੇ ਕਰੀਬ ਪੁਸਤਕਾਂ ਤੇ ਟ੍ਰੈਕ ਛਾਪੇ ਪਰ ਉਹਨਾਂ ਦੀ ਇੱਕ ਬਦਕਿਸਮਤੀ ਕਹਿ ਲਓ ਕੋਈ ਇਹ ਜੀ ਗੱਲ ਕਿ ਭਾਈ ਸਾਹਿਬ ਕਿਤਾਬ ਪ੍ਰਕਾਸ਼ਿਤ ਨਹੀਂ ਕਰ ਸਕੇ ਉਹ ਕਿਤਾਬ ਦਾ ਨਾਮ ਸੀ ਝਟਕਾ ਮਾਸ ਪਰਥਾ ਹੈ ਜਿਹੜੀ ਝਟਕਾ ਮਾਸ ਪਰਥਾ ਹੈ ਪੁਸਤਕ ਸੀ ਉਹ ਪੁਸਤਕ ਨੂੰ ਆਪਣੇ ਮੌਨ ਸਿੰਘ ਜੀ ਗਾਰ ਨੇ ਸਾਲ 1985 86 ਦੇ ਵਿੱਚ ਪ੍ਰਕਾਸ਼ਿਤ ਆਪ ਕੀਤੀ ਔਰ ਉਹ ਵਤਵਾ ਪਾਟਕਾਂ ਦੀ ਝੋਲੀ ਦੇ ਵਿੱਚ ਜਿਹੜੀ ਹੈ ਉਹ ਪੋਪਟ ਪੋਸਤਕ ਗਈ ਕਿਉਂਕਿ ਭਾਈ ਸਾਹਿਬ ਜਿਹੜੇ ਸਨ ਮੋਹਨ ਸਿੰਘ ਜੀ ਗਾਰਡ ਉਹ ਸਾਹਿਤ ਪ੍ਰੇਮੀ ਸਨ ਹੋਰ ਉਹਨ ਜਗਿਆਸਾਸੀ ਬੜੀ ਔਰ ਖੋਜੀ ਸਨ ਉਹ ਖਾਸ ਕਰਕੇ ਉਹਨਾਂ ਦਾ ਜਿਹੜਾ ਖੋਜ ਦਾ ਆਧਾਰ ਸੀ ਉਹ ਗੁਰਬਾਣੀ ਤੇ ਗੁਰੂ ਆਦ ਗੁਰੂ ਗ੍ਰੰਥ ਸਾਹਿਬ ਦੇ ਸੀ ਉਹਨਾਂ ਦਾ ਸਬੰਧ ਜਦੋਂ ਕਾਨਪੂਰ ਦੇ ਵਿੱਚੋਂ ਸੇਵਾ ਮੁਕਤ ਹੋਏ ਰਿਟਾਇਰ ਹੋਏ ਉਹਨਾਂ ਨੇ ਪਹਿਲਾਂ ਅੰਬਲਸਰ ਤੇ ਫਿਰ ਚੰਡੀਗੜ੍ਹ ਦੇ ਚਪੜਾ ਤਸ਼ਰੀਫ ਲਿਆਏ ਚੰਡੀਗੜ੍ਹ ਦੇ ਵਿੱਚ ਆਉਣ ਮਗਰੋਂ ਉਹਨਾਂ ਦਾ ਵਾਸਤਾ ਰਿ ਸੰਪਰਕ ਗਿਆਨੀ ਗੁਰਦੇਵ ਸਿੰਘ ਜੀ ਨਾਲ ਹੋਇਆ ਗਿਆਨੀ ਗੁਰਦੇਵ ਸਿੰਘ ਜੀ ਗਾਰਦ ਸਾਬ ਨਾਲੋਂ 5-6 ਸਾਲ ਵੱਡੇ ਸਨ ਤੇ ਉਸ ਵੇਲੇ ਗਿਆਨੀ ਗੁਰਦੇਵ ਸਿੰਘ ਜੀ ਵੀ ਖੋਜ ਦੇ ਕਾਰਜ ਚ ਜੁੜੇ ਸਨ ਤੇ ਉਹਨਾਂ ਦੀ ਇੱਕ ਪੁਸਤਕ ਜਿਹੜੀ ਸੀ ਵਧਾਵਣੀ ਮਧਾਵਨੀ ਦੇ ਨਾਲ ਹੀ ਕੰਮ ਕਰਦੇ ਸਨ ਔਰ ਗਾਰਦ ਸਾਬ ਨੂੰ ਜਿਹੜੇ ਨੇ ਆਪਣੇ ਗੁਰਦੇਵ ਸਿੰਘ ਸਦਾ ਮੋਨ ਸਿੰਘ ਕਾਨਪੁਰੀ ਕਹਿੰਦੇ ਸਨ ਤੇ ਜਿਹੜੀ ਮਦਾਮਨੀ ਪੁਸਤਕ ਚਪਾਈ ਸੀ ਉਸ ਖੋਜ ਦਾ ਕਾਰਜ ਜਿਹੜਾ ਸੀ ਪ੍ਰਾਤਨ ਜਿਹੜੀ ਸਰੂਪ ਸਨ ਉਹਨਾਂ ਦੇ ਹਵਾਲੇ ਉਹਨਾਂ ਦੀ ਖੋਜ ਕਰਨੀ ਕਰਨ ਦੇ ਵਿੱਚ ਭਾਈ ਸਾਹਿਬ ਪੰਜਾਬ ਤੋਂ ਬਾਹਰ ਯੂਪੀ ਬਿਹਾਰ ਪਟਨਾ ਸਭ ਜਿੱਥੇ ਜਿੱਥੇ ਪ੍ਰਾਤਨ ਸਰੂਪ ਸਨ ਉੱਥੇ ਗਿਆਨੀ ਗੁਰਦੇਵ ਸਿੰਘ ਨਾਲ ਜਾਂਦੇ ਰਹੇ ਉਹਨਾਂ ਦੀ ਸਟੱਡੀ ਨਰੇਕਨ ਸਾਰਾ ਕੁਝ ਉਹ ਕਰਦੇ تھے ਇੱਕ ਬੜਾ ਵੱਡਾ ਕਾਰਸੇ ਇਥੇ ਹੀ ਬਸ ਰਹੇ ਜਿਹੜੀਆਂ ਮੈਂ ਦੋ ਪੁਸਤਕਾਂ ਇੱਕ ਗਿਆਨੀ ਸ਼ੇਰ ਸਿੰਘ ਇੱਕ ਗਿਆਨੀ ਅਰਜਨ ਸਿੰਘ ਦੀਆਂ ਰਾਗਮਲਾ ਨਿਰਨੇ ਜਾਂ ਰਾਗਮੁਲਾ ਦਰਸ਼ਨ ਦੀ ਸੰਪਾਦਨਾ ਕੀਤੀ ਨਵੇਂ ਸਿਰਿਓਂ ਉਹਦੇ ਲਈ ਮੇਰੇ ਮਿਲੇ ਪ੍ਰੇਰਨਾ ਸਰੋਤ ਜਿਹੜੇ ਸਾਨੂੰ ਗਾੜ੍ਹ ਸਾਹਿਬ ਹੀ ਸਨ ਗਾੜ੍ਹ ਸਾਹਿਬ ਨੇ ਹੀ ਮੈਨੂੰ ਪ੍ਰੇਰਿਆ ਸੀ ਕਿ ਜਿਹੜੇ ਅੱਜ ਦੇ ਰੀਡਰਸ ਨੇ ਉਹਨਾਂ ਲਈ ਇਹ ਜਿਹੜੀਆਂ ਪੁਸਤਕਾਂ ਬੜੀਆਂ ਮਹੱਤਵਪੂਰਨ ਨੇ ਆਪਾਂ ਇਹਨਾਂ ਨੂੰ ਨਵੇਂ ਸਿਰਿਓਂ ਪ੍ਰਕਾਸ਼ਿਤ ਕਰੀਏ ਔਰ ਲੋਕਾਂ ਦੇ ਵਿੱਚ ਇਹ ਪੁਸਤਕਾਂ ਜਾਣ ਔਰ ਸਾਡੀ ਸੋਚ ਨੂੰ ਬੁਲੰਦ ਕਰਨ ਇੱਥੇ ਹੀ ਬਸ ਨਹੀਂ ਕਈ ਹੋਰ ਹਨ ਇਹ ਕਿਤਾਬਾਂ ਨੇ ਜਿਹਦੇ ਵਿੱਚ ਇਹ ਆਪਣੇ ਆਪਣੇ ਢੰਗ ਦੇ ਨਾਲ ਇਹਨਾਂ ਨੇ ਉਹਦੇ ਚੈਸ ਪਾਰਟਿਸਪੇਸ਼ਨ ਕੀਤੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਸਿਮਰਤੀ ਗ੍ਰੰਥ ਹੋਰ ਇਸ ਤੋਂ ਇਲਾਵਾ ਜਨਪਰਕਾਰੀ ਆਏ ਇਸ ਤੋਂ ਇਲਾਵਾ ਗਿਆਨੀ ਗੁਰਦੇਵ ਸਿੰਘ ਜੀਵਨ ਤੇ ਸਖਸ਼ੀਤ ਇਹ ਕਿਤਾਬ ਉਹਨਾਂ ਦੇ ਜੀਵਨ ਤੋਂ ਮਗਰੋਂ ਪ੍ਰਕਾਸ਼ਿਤ ਹੋਈ ਇਹਨਾਂ ਸਾਰਿਆਂ ਵਿੱਚ ਇੱਕ ਬੜੇ ਖੋਜ ਭਰਪੂਰ ਆਰਟੀਕਲ ਗਾਰਡ ਸਾਹਿਬ ਨੇ ਲਿਖ ਕੇ ਉਹਨਾਂ ਦੀ ਕਿਤਾਬਾਂ ਦੀ ਜਿਹੜੀ ਹੈ ਉਹਦੇ ਛਪਣੇ ਆਜ਼ਰੀ ਲਵਾਈ ਉਹ ਬੜੇ ਸਿੰਪਲ ਸਨ ਸਾਦਗੀ ਭਰਪੂਰ ਸਨ ਢੂੰਗੇ ਸਨ ਔਰ ਮੈਂ ਉਹਨਾਂ ਨੂੰ ਕਦੇ ਗੁੱਸਾ ਬੇਚਨੀ ਦੇਖਿਆ ਮਗਰ ਉਹ ਜਿਹੜੀ ਵੀ ਚੀਜ਼ ਹੈ ਉਹਨੂੰ नाप ਤੋਲ ਕੇ ਪਰਖ ਕੇ ਹੀ ਇਹ ਕਾਰਜ ਕਰਦੇ ਸਨ ਸਿਆਰਸ ਤੋਂ ਲਾਵਾ ਜਿਹੜਾ ਵੀ ਸੀ ਭਾਈ ਸਾਹਿਬ ਦਾ ਜਿਹੜਾ ਜੀਵਨ ਸੀ ਉਹ ਇੱਕ ਬਹੁਤ ਹੀ ਵਿਲੱਖਣ ਸੀ ਇਹ ਉਹਨਾਂ ਨੇ ਬੜੀ ਹਾਰਿਕ ਦੇ ਨਾਲ ਪ੍ਰੇਮ ਪਾਪ ਦੇ ਨਾਲ ਉਹ ਭਾਈ ਸਾਹਿਬ ਜਿਹੜੇ ਸਨ ਜਿੰਨੇ ਵੀ ਮੈਂ ਕਾਰਜ ਜਿਹੜੇ ਗੁਰਮਤ ਦੇ ਆਧਾਰ ਤੇ ਸਮਾਗਮ ਕਰਦਾ ਸੀ ਉਹਦੇ ਵਿੱਚ ਮੇਰੇ ਨਾਲ ਖੜਦੇ ਸਨ 2013-14 ਦੇ ਵਿੱਚ ਪਟਿਆਲੇ ਦੇ ਵਿੱਚ ਇੱਕ ਜਦੋਂ ਸਮਾਗਮ ਕੀਤਾ ਸੀ ਉਸ ਵਕਤ ਉਸ ਸਮੇਂ ਦੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਹਨਾਂ ਨੂੰ ਭਾਈ ਰਣਜੀਤ ਸਿੰਘ ਮੈਮੋਰੀਅਲ ਯਾਦਗਾਰੀ ਅਵਾਰਡ ਨਾਲ ਨਵਾਜਿਆ ਸੀ। ਔਰ ਮੇਰੇ ਭਾਈ ਸਾਹਿਬ ਨਾਲ ਜਿਹੜੀ ਲਾਸਟ ਮੁਲਾਕਾਤ ਹੈ ਉਹ 2016 ਦੇ ਵਿੱਚ ਹైదరాబాద్ ਦੇ ਛੋਈ ਸੀ। ਕਿਉਂਕਿ ਉਸ ਤੋਂ ਕੁਝ ਸਮਾਂ ਪਹਿਲਾਂ ਗਾੜ੍ਹ ਸਾਹਿਬ ਦੇ ਸਤਿਕਾਰਯੋਗ ਮਿਸੇਸ ਜਿਹੜੇ ਸਨ ਉਹ ਲ ਪਹੁਤ ਹੋ ਗਏ ਸਨ ਰਬ ਨੂੰ ਪਿਆਰੇ ਹੋ ਗਏ ਸਨ ਤੇ ਮੇਰਾ ਚਿਤ ਕੀਤਾ ਸੀ ਮੈਂ ਇੰਡੀਆ ਗਿਆ ਸਾ ਕਿ ਮੈਂ ਉਹਨਾਂ ਨੂੰ ਅਫਸੋਸ ਕਰਕੇ ਆ ਜਾਵਾਂ ਤੇ ਮੈਂ ਕੁਝ ਜਿਹੜੀਆਂ ਕਿਤਾਬਾਂ ਸਨ ਨਵੀਆਂ ਉਹਨਾਂ ਨੂੰ ਉਹ ਕਰਨ ਲਈ ਮਗਰ ਭਾਵੇਂ ਉਹ ਸਰੀਰਕ ਤੌਰ ਤੇ ਕਾਫੀ ਹੋ ਚੁੱਕੇ ਸੰ ਘਮਜ਼ੋਰ ਪਰ ਉਹ ਮੇਰੇ ਨੂੰ ਜਦੋਂ ਮੈਂ ਪਹੁੰਚਿਆ ਤੇ ਮੈਂ ਉਹਨਾਂ ਦੀ ਚੜ੍ਹਦੀ ਕਲਾ ਉਹਨਾਂ ਦੇ ਸੇਧਕ ਨੂੰ ਦੇਖ ਕੇ ਮੈਂ ਬੜਾ ਹਰਾਨ ਹੋਇਆ ਤੇ ਮੈਨੂੰ ਬੜੀ ਖੁਸ਼ੀ ਹੋਈ ਭਾਈ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਭਾਈ ਸਾਹਿਬ ਸਦਾ ਉਹ ਪੰਥ ਜਿਹਨਾਂ ਦੇ ਚੂਲਤੇ ਨੇ ਰਿਸ਼ਾ ਨਾਰਾਇਣ ਪੰਥ ਮਹਾਰਾਜ ਦੇ ਇਸ ਮਰਤੀ ਦੇ ਮਾਲਕ ਸਾਹਿਬ ਉਹਨਾਂ ਦੀ ਖਾਹਿਸ਼ ਸੀ ਕਿ ਮੇਰੇ ਪਰਿਵਾਰ ਵਿੱਚੋਂ ਵੀ ਕੋਈ ਇਸ ਨਾਲ ਜੁੜੇ ਜਿਹੜੀ ਸਾਡੀ ਵਿਰਾਸਤ ਹੈ ਉਹ ਸਮਾਰਕ ਤੇ ਚੱਲ ਸਕਿਆ ਮੈਨੂੰ ਯਾਦ ਹੈ ਕਿ ਖੁਸ਼ੀ ਦੀ ਉਹ ਸੀਮਾ ਨਹੀਂ ਰਹੀ ਜਦੋਂ ਮੈਂ ਭਾਈ ਸਾਹਿਬ ਨੂੰ 2014 ਚ ਫੋਨ ਤੇ ਦੱਸਿਆ ਕਿ ਭਾਈ ਸਾਹਿਬ ਜੀ ਤੁਹਾਡੀ ਲਈ ਖੁਸ਼ ਖਬਰ ਇਹ ਹੈ ਕਿ ਤੁਹਾਡੀ ਬੇਟੀ ਜਸਵਿੰਦਰ ਉਹ ਇੱਥੇ ਲਾਸ ਏਂਜਲਸ ਚ ਹੋਏ ਸਮਾਗਮ ਵਿੱਚ ਉਹਨੇ ਅਮਰਦੀ ਦਾਤ ਲਈਏ ਤੇ ਉਹਨੇ ਕਿਸ ਕੀ ਤਾਰਨ ਕੀਤੀ ਇਹ ਸੁਣ ਕੇ ਉਹਨਾਂ ਦੀ ਜੋ ਖੁਸ਼ੀ ਦੀ ਸੀਮਾ ਸੀ ਮੈਂ ਦੱਸ ਨਹੀਂ ਸਕਦਾ ਆ ਕੰਤਲੇ ਸਮੇ ਉਹਨਾਂ ਦੀ ਬੇਟੀ ਸਾਲੀ ਚ ਤਿੰਨ ਕੁ ਵਾਰ ਉਹ ਆਪਣੇ ਪਿਤਾ ਨਾਲ ਉਹਦਾ ਬੜਾ ਮੋਹ ਸੀ ਬੜਾ ਪਿਆਰ ਸੀ ਜਿਹੜਾ ਉਹਨਾਂ ਦਾ ਜੋਾਈ ਸੀ ਸਰਬਜੀਤ ਉਹਦੇ ਨਾਲ ਉਹਨਾਂ ਨਾਲ ਵੀ ਬੜਾ ਪਿਆਰ ਸੀ ਉਸ ਹਾਲੇ ਵਿੱਚ ਮੇਰਾ ਖਿਆਲ ਕੱਟੋ-ਕੱਟੇਨ ਵਾਰ ਆਏ ਮਗਰ ਰਵਦਾ ਪਾਣਾ ਇਹੇ ਜਿਹਾ ਸੀ ਕਿ ਉਹ 2019 ਚ ਫੋਟ ਹੋ ਗਏ ਪਰ ਆਪਣੇ ਪਿੱਛੇ ਬੜੀਆਂ ਹੀ ਜ਼ਿਆਦਾ ਮਿੱਠੀਆਂ ਯਾਦਾਂ ਛੱਡ ਗਏ ਉਹ ਇੱਕ ਬੇਦਾਗ ਇਨਸਾਨ ਸਨ ਔਰ ਚੀਨਾਂ ਨੇ ਆਪਣੇ ਗੁਰਮਤ ਮਾਰਗ ਤੇ ਰਾਹ ਵਿੱਚ ਬੜੇ ਬੜੇ ਚੰਗੇ ਆਪਣੀਆਂ ਛਾਪਾਂ ਛੱਡੀਆਂ ਮੈਂ ਚਾਹਾਂਗਾ ਕਿ ਕੁਝ ਉਹਨਾਂ ਦੀ ਅਨਫੁੱਲੇ ਵਰਕੇ ਆਪਾਂ ਫੋਲੀਏ ਤੇ ਜਿਹੜੇ ਦੇ ਪਤਪਾਲ ਸਿੰਘ ਜੀ ਉਹਨਾਂ ਦੀ ਜ਼ਿੰਦਗੀ ਦੇ ਕੁਝ ਉਹ ਪੱਖ ਜਾਂ ਉਹ ਰਾਜ ਦੀ ਜ਼ਿੰਦਗੀ ਦੇ ਉਹ ਰਾਜ ਸਾਂਝੇ ਕਰਨ ਦਰਸ਼ਕਾਂ ਤੱਕ ਜਿਹੜੇ ਅਜੇ ਤੱਕ ਲੋਕਾਂ ਦੇ ਵਿੱਚ ਪ੍ਰਗਟ ਨਹੀਂ ਹੋਏ ਤੇ ਮੇਰੀ ਮਰਾਦ ਹੈ ਕਿ ਕੁਛ ਨਾ ਕੁਛ ਤੁਸੀਂ ਜ਼ਿੰਦਗੀ ਦੇ ਇਹਨਾਂ ਪੱਖਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰੋ ਜਿਸ ਤਰ੍ਹਾਂ ਕਿ ਤੁਸੀਂ ਦੱਸਿਆ ਉਹਨਾਂ ਦੇ ਬਾਰੇ ਉਹ ਗੱਲਾਂ ਬਿਲਕੁਲ ਸੱਚ ਉਤਰਦੀਆਂ ਲਿਸਟਾਂ ਲੇਕਿਨ ਜਿਸ ਤਰ੍ਹਾਂ ਮੈਂ ਪਰਸਨਲ ਲਾਈਫ ਦੀ ਜਿਹੜੀ ਗੱਲ ਤੁਸੀਂ ਕੀਤੀ ਹੈ ਮੈਂ ਉਹ ਦੋ ਚਾਰ ਗੱਲਾਂ ਜ਼ਰੂਰ ਦੱਸਾਂਗਾ ਜਿਹਦੇ ਨਾਲ ਕੀ ਬੜੀ ਉੱਦਤਾ ਮਿਲਦੀ ਹੈ ਬੰਦੇ ਨੂੰ ਤੇ ਬੜੀ ਸ਼ਾਂਤੀ ਮਿਲਦੀ ਹੈ ਜਦੋਂ ਬੰਦਾ ਸੋਚਦਾ ਹੈ ਕਿ ਇਸ ਤਰ੍ਹਾਂ ਵੀ ਹੋ ਸਕਦਾ ਸੋ ਇਹਦੇ ਚ ਇੱਕ ਸਭ ਤੋਂ ਵੱਡੀ ਗੱਲ ਤੋਂ ਮੈਂ ਪਹਿਲਾਂ ਗੱਲ ਕਰਾਂਗਾ ਜਦੋਂ ਮੈਂ ਜਿਵੇਂ ਦੱਸਿਆ ਤਿੰਨ ਮੇਰੇ ਪੱਖੀ ਉਹਨਾਂ ਦੇ ਲਾਈਫ ਦੇ ਨਾਲ ਰਹਿੰਦੇ ਇਹ ਘਟਨਾ ਜਿਹੜੀ ਹੈ ਮੈਂ ਇਹ ਘਟਨਾ ਕਾਦ ਜਾਂਦੀ ਹੈ 1955 ਮੈਂ 55 56 ਵਿੱਚ ਮੈਂ 1.5 ਦੋ ਸਾਲ ਦਾ ਸੀਗਾ ਮੈਨੂੰ ਪੋਲੀਓ ਹੋ ਗਿਆ ਮੇਰੀ ਲੈਫਟ ਰੱਤ ਦੇ ਵਿੱਚ ਪੋਲੀਓ ਹੋ ਗਿਆ ਤੇ ਸਾਲ ਡੇਢ ਸਾਲ ਤੱਕ ਕਾਫੀ ਇਲਾਜ ਹੁੰਦਾ ਰਿਹਾ ਉਹ ਪਿੰਡ ਛੋਟਾ ਹੁੰਦਾ ਕਸਬਾ ਸੀਗਾ ਤੇ ਫਿਰ ਵੀ ਕੋਈ ਜਿੰਨੇ ਵੀ ਕੋਸ਼ਿਸ਼ ਹੋ ਸਕਦੀ ਸੀ ਉੱਥੇ ਕਾਫੀ ਇਲਾਜ ਚੱਲਦਾ ਰਿਹਾ ਕੋਈ ਖਾਸ ਫਰਕ ਨਾ ਪਿਆ ਹਰ 15 ਦਿਨਾਂ ਬਾਅਦ ਮਹੀਨੇ ਬਾਅਦ ਦਿੱਲੀ ਜਾਣਾ ਪੈਂਦਾ ਸੀ ਬਿਕੋਜ਼ ਉਹ ਸਭ ਤੋਂ ਨੇੜੇ ਹੁੰਦਾ ਸੀ ਤੇ 2 ਕੋ ਸਾਲ ਤੱਕ ਇਲਾਜ ਕਰਦੇ ਹੋਏ ਕੋਈ ਖਾਸ ਫਰਕ ਨਾ ਪਿਆ ਤੇ ਮੇਰੇ ਲੱਤ ਵਿੱਚ ਉਹ ਲੋਹੇ ਦੀਆਂ ਸਰਕੀਆਂ ਜੋ ਪਾ ਕੇ ਉਹ ਬੂਟ ਪਾ ਕੇ 2 ਕੋਸਾਲ ਤੱਕ ਚੱਲਿਆ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਲੋਕਾਂ ਨੇ ਡਾਕਟਰ ਨੇ ਕਿਹਾ ਕਿ ਵੀ ਇਹ ਹੁਣੇ ਦੀ ਫਿਜ਼ੀਓਥੈਰੇਪੀ ਅਸਾਂ ਕਰਨੀ ਹੈ ਕਿ ਤੁਹਾਨੂੰ ਇਸ ਤਰ੍ਹਾਂ 15 ਦਿਨਾਂ ਬਾਅਦ ਆਨ ਦਾ ਇਸ ਤਰ੍ਹਾਂ ਨਹੀਂ ਹੋਣਾ ਤੁਸੀਂ ਅਸਾਂ ਕਰੋ ਇਹਨਾਂ ਨੂੰ ਦਿੱਲੀ ਲੈ ਕੇ ਆ ਜਾਓ ਹੁਣ ਦਿੱਲੀ ਲੈ ਕੇ ਆਨ ਦਾ ਮਤਲਬ ਸੀ ਕਿ ਕਾਨਪੁਰ ਤੋਂ ਕਾਰਸਗਨ ਤੋਂ ਛੁੱਟੀ ਲੈ ਕੇ ਜਾਂ ਨੌਕਰੀ ਮਤਲਬ ਛੱਡਨ ਜਾਂ ਫਿਰ ਉੱਥੇ ਟ੍ਰਾਂਸਫਰ ਕਰਵਾਉਣਾ ਤੇ ਜਿੱਥੇ ਉਹ ਰੇਲਵੇ ਦੂਸਰੀ ਸੀਗੀ ਐਨਈਆਰ ਨਾਰਦਰਨ ਈਸਟਰਨ ਰੇਲਵੇ ਤੇ ਦਿੱਲੀ ਸੀ ਨਾਰਦਰਨ ਰੇਲਵੇ ਉਹ ਟਰਾਂਸਫਰ ਹੋ ਨਹੀਂ ਸਕਦੀ ਤੇ ਹੋਰ ਵੀ ਕੁਝ ਕారణ ਕਰਕੇ ਤੇ ਉਹਨਾਂ ਨੇ ਕਿਹਾ ਕਿ ਨਹੀਂ ਉੱਥੇ ਤੇ ਨਹੀਂ ਆ ਸਕਦੇ ਬਟ ਫਿਰ ਉਹ ਕਹਿੰਦੇ ਇਸ ਤਰ੍ਹਾਂ ਦਾ ਕਿਸਤਾ ਚੱਲੇਗਾ ਇਹਨਾਂ ਨੂੰ ਤਾਂ ਚਾਹੀਦਾ ਉਹ ਕਹਿੰਦੇ ਫਿਰ ਇਸ ਤਰ੍ਹਾਂ ਕਰਨੇ ਆ ਮੈਂ ਆਪਣੇ ਗੁਰੂ ਨਾਲ ਗੱਲ ਕਰਾਂਗਾ ਮੈਂ ਆਪੇ ਠੀਕ ਕਰ ਲਾਂਗਾ ਇਹਨੂੰ ਤੁਸੀਂ ਰਹਿਣ ਦਿਓ ਮੈਨੂੰ ਇੱਥੇ ਛੱਡ ਦਿਓ ਹਨਾ ਕੀ ਘਰ ਵਾਲਿਆਂ ਨੇ ਕਾਫੀ ਆਬਜੈਕਸ਼ਨ ਵੀ ਕੀਤਾ ਵੀ ਇਸ ਤਰ੍ਹਾਂ ਕਿਉਂ ਹੁੰਦਾ ਨਹੀਂ ਕਹਿੰਦੇ ਨਹੀਂ ਛੱਡ ਦਿਓ ਸੀ ਮੈਂ ਆਪੇ ਠੀਕ ਕਰ ਲਾਂਗਾ ਉਹ ਗੱਲ ਅੱਜ ਵੀ ਮੈਂ ਕਈ ਵਾਰੀ ਸੋਚਣਾ ਤੇ ਸਮਝ ਆਉਂਦੀ ਏ ਕਿ ਵੀ ਕਿਸ ਤਰ੍ਹਾਂ ਬੰਦਾ ਕਹਿ ਸਕਦਾ ਏ ਉਹ ਹੀ ਬੰਦਾ ਕਹਿ ਸਕਦਾ ਜਿਹਨੂੰ ਆਪਣੇ ਭਰੋਸਾ ਹੋਵੇ ਗੁਰੂ ਤੇ ਇੰਨੀ ਨਿਸ਼ਠਾ ਹੋਵੇ ਤੇ ਨਾ ਫੇਥ ਹੋਵੇ ਕਿ ਮੈਂ ਕਰ ਸਕਣਾ ਤੇ ਇਹ ਤੇ ਗੁਰੂ ਮਹਾਰਾਜ ਹੀ ਜਾਣਦੇ ਨੇ ਕਿ ਉਹਨਾਂ ਦਾ ਆਪਸ ਵਿੱਚ ਕੀ ਰਿਲੇਸ਼ਨ ਸੀ ਇੱਕ ਸਾਲ ਮੇਰਾ خیال ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਹਰ ਸਵੇਰੇ ਸ਼ਾਮ ਅੱਧਾ ਪੌਣਾ ਘੰਟਾ ਮੇਰੀ ਲੱਤ ਨੂੰ ਮਾਲਿਸ਼ ਕਰਨਾ ਤੇ ਨਾਲ ਸਿਰਫ ਬਾਣੀ ਪੜੀ ਜਾਣਾ ਮੇਰਾ ਕਲ ਮੈਕਸਿਮਮ ਸਾਲ ਲੱਗਾ ਹੋਣਾ ਤੇ ਅੱਜ ਮੈਂ ਕਹਿ ਸਕਦਾ ਖੁਸ਼ੀ ਨਾਲ ਕਿ ਤੁਹਾਡੇ ਸਾਹਮਣੇ ਖੜਾ ਹਾਂ ਉਹ ਸਾਲ ਗਿਆ ਉਹ ਗਿਆ ਮੇਰਾ ਉਹ ਪੋਲੀਓ ਚਲਾ ਗਿਆ ਜੁੱਤੇ ਉਤਰ ਗਏ ਸਾਰੇ ਉਤਰ ਗਏ ਇੱਕ ਸਾਲ ਉਹ ਮਾਲਿਸ਼ ਉਹਨਾਂ ਨੇ ਮੇਰੀ ਐਸੀ ਲੱਤ ਦੀ ਕੀਤੀ ਕਿ ਮੈਂ ਚੰਗਾ ਪਲਾ ਹੋ ਗਿਆ ਉਹਨਾਂ ਦਾ ਆਸ਼ੀਰਵਾਦ ਅੱਜ ਤੱਕ ਮੈਂ ਤੁਰਦਾ ਫਿਰਦਾ ਰਿਹਾ ਇਹ ਘਟਨਾ ਜੇ ਮੈਂ ਆਪਨੇ ਹੁਣਤ ਵੀ ਐ ਮੈਨੂੰ ਦੱਸੀ ਗਈ ਸੀ ਉਹਦਾ ਮੈਂ ਛੋਟਾ ਸੀ ਨਹੀਂ ਹਿੰਦਾ ਪਤਾ ਲੱਗਦਾ ਸੀ ਪਰ ਉਹ ਦੱਸਦਾ ਕਿ ਵੀ ਕਿਸ ਤਰ੍ਹਾਂ ਉਹਨਾਂ ਦਾ ਨਿਸ਼ਠਾ ਸੀ ਤੇ ਕਿੰਨਾ ਉਹਨਾਂ ਦਾ ਭਰੋਸਾ ਸੀ ਗੁਰੂ ਮਹਾਰਾਜ ਉੱਤੇ ਦੂਸਰੀ ਘਟਨਾ ਮੈਂ ਕੋਸ਼ਿਸ਼ ਕਰਾਂਗਾ ਕਿ ਦੱਸਾਂ ਜਿਹੜੀ ਕਿ ਕਾਨਪੁਰ ਦੀ ਉਹਨਾਂ ਦੇ ਉਸ ਪੀਰੀਅਡ ਵਿੱਚ ਹੋਈ ਉਹ ਕਾਨਪੁਰ ਤੋਂ ਇੱਕ ਛੋਟਾ ਜਿਹਾ ਪਿੰਡ ਹੁੰਦਾ ਬਿਠੂਰ ਬ੍ਰਹਮਵਤ ਰਿਲੀਜੀਅਸ ਪਲੇਸ ਹੈ ਉੱਥੇ 2 1/2 ਘੰਟੇ ਦੀ ਜਰਨੀ ਹੈ ਉੱਥੇ ਉਹਨਾਂ ਨੂੰ ਟ੍ਰੇਨ ਲੈ ਕੇ ਜਾਂਦੇ ਸੀ ਉਹ ਟ੍ਰੇਨ ਹੁੰਦੀ ਸੀ ਜਿਵੇਂ ਅੱਜਕੱਲ ਮੈਟਰੋ ਹੈ ਨਾ ਜੀ ਪਿੱਛੇ ਦੋ ਡੱਬੇ ਉੱਤੇ ਇੰਜਨ ਨਹੀਂ ਹੁੰਦਾ ਉਹ ਕੈਬਿਨ ਹੁੰਦੇ ਨੇ ਡਰਾਈਵਰ ਦਾ ਤੇ ਗਾਰਡ ਦਾ ਅੱਗੇ ਚੱਲਦਾ ਹੈ ਤੇ ਉੱਤੇ ਡਰਾਈਵਰ ਬਹਿ ਜਾਂਦਾ ਪਿੱਛੇ ਕੈਬਿਨ 'ਚ ਗਾਰਡ ਬਹਿ ਜਾਂਦਾ ਤੋ ਫਿਰ ਪਰਟੇ ਜਾਂਦਾ ਹੈ ਅਦਰ ਡਰਾਈਵਰ ਹੁੰਦਾ ਉੱਧਰ ਗਾਰਡ ਬ ਉਹ ਟ੍ਰੇਨ ਵੀ ਜਾਣਾ ਉੱਥੇ ਉਹ ਰਿਲੀਜੀਅਸ ਪਲੇਸ ਸੀ ਤਾਂ ਕਈ ਵਾਰੀ ਨਾ ਬੜੀ ਭੀੜ ਹੁੰਦੀ ਸੀ ਲੋਕਾਂ ਦੇ ਜਾਂਦੇ ਤੇ ਜਿਆਦਾ ਉਹਨਾਂ ਨੇ ਦੇਖਣਾ ਕੋਈ ਬਜ਼ੁਰਗ ਹੈ ਕੋਈ ਲੇਡੀਜ਼ ਹੈ ਕੋਈ ਬੱਚਾ ਹੈ ਉਹਨਾਂ ਨੇ ਉਹਨੂੰ ਆਪਣੇ ਕੈਬਿਨਟ ਬਿਠਾ ਲੈਣਾ ਬਸ ਉਹ ਮੈਨ ਦੇ ਕਰਕੇ ਲੋਕਾਂ ਨੂੰ ਹੋਰ ਦਸਤਾਬ ਨੇ ਸੋਚਦੇ ਯਾਰ ਗਾੜ ਸਾਹਿਬ ਤੇ ਆਪਣੇ ਡੱਬੇ ਚ ਲੋਕੀ ਨੂੰ ਲੈ ਪਸੰਜਨ ਨੂੰ ਬਿਠਾ ਕੇ ਚੱਲੇ ਆ ਤਾਂ ਸੋ ਕੁਝ ਲੋਕਾਂ ਨੂੰ ਸ਼ਾਇਦ ਨਾ ਪਸੰਦ ਆਈ ਤਾਂ ਉਹਨਾਂ ਨੇ ਉਹਨਾਂ ਦੀ ਕੰਪਲੇਨ ਕਰ ਦਿੱਤੀ ਕਿ ਵੀ ਇਹ ਬਿਨਾਂ ਟਿਕਟ ਲੋਕਾਂ ਨੂੰ ਪੈਸੇ ਲੈ ਕੇ ਆਪਣੇ ਡੱਬੇ ਚ ਬਿਠਾ ਕੇ ਸਫ਼ਰ ਕਰਵਾਉਂਦਾ ਹੈ ਉਹ ਗੱਲ ਹੋਈ ਪਤਾ ਨਹੀਂ ਲੱਗੀ ਚਲੋ ਗਈ ਉਸ ਤੋਂ ਬਾਅਦ 6 ਕੁ ਮਹੀਨੇ ਬਾਅਦ 7 ਮਹੀਨੇ ਬਾਅਦ ਉਹਨਾਂ ਨੂੰ ਕੰਪਲੇਨ ਕਰਨ ਦਵਾ ਉੱਥੋਂ ਚਿੱਠੀ ਆ ਗਈ ਹੈੱਡ ਆਫਿਸ ਤੋਂ ਕਿ ਤੁਹਾਨੂੰ ਕਿਉਂ ਨਾ ਸਸਪੈਂਡ ਕੀਤਾ ਜਾਏ ਤੁਹਾਡੇ ਉੱਤੇ ਇਹ ਚਾਰਜ ਨਹੀਂ ਐਸਨਸ ਨਹੀਂ ਤੁਸੀਂ ਇਹ ਗਲਤ ਕੰਮ ਕਰਦੇ ਹੋ ਤੁਸੀਂ ਨਹੀਂ ਕਰਨਾ ਹਾਲਾਂਕਿ ਉਹਨਾਂ ਨੂੰ ਸਰਪ੍ਰਾਈਜ਼ ਸੀ ਕਿ ਇਸ ਤਰ੍ਹਾਂ ਹੋ ਗਿਆ ਫਿਰ ਵੀ ਉਹਨਾਂ ਨੇ ਗੁਰਗ ਕੀਤਾ ਅਰਦਾਸ ਕੀਤੀ ਉਸ ਵੇਲੇ ਕਾਂਧਪੁਰ ਆਪਣੇ ਭਾਈ ਸਾਹਿਬ ਢਿੱਲੋ ਸਾਹਿਬ ਹੁੰਦੇ ਸੀ ਰਾਮ ਸਿੰਘ ਢਿੱਲੋ ਉਹਨਾਂ ਦੇ ਘਰ ਜਾ ਕੇ ਹਫਤਾਵਾਰੀ ਜਿਹੜਾ ਪ੍ਰੋਗਰਾਮ ਹੁੰਦਾ ਸੀ ਉਹਨਾਂ ਨੇ ਜਾ ਕੇ ਦੱਸਿਆ ਕਿ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਇਹ ਕੰਪਲੇਨ ਆਈ ਏ ਤੇ ਇਹ ਗਲਤ ਗੱਲ ਏ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਗੁਰੂ ਜੀ ਮੇਰ ਕਰਾਂਗੇ ਚਲੋ ਅਸੀਂ ਖੰਡ ਪਾਤ ਕਰਨੇ ਆ ਸਭ ਠੀਕ ਹੋ ਜਾਏਗਾ ਤੇ ਉਹ ਉਹਨਾਂ ਦਿਨਾਂ ਟਾਈਪਰਾਈਟਰ ਨਹੀਂ ਸੀ ਹੁੰਦੇ ਤੇ ਹੱਥ ਨਾਲ ਲਿਖੀ ਹੁੰਦੀ ਸੀ ਜਿਹੜੀ ਕੰਪਲੇਨ ਆਈ ਸੀ ਹੱਥ ਨਾਲ ਆਈ ਸੀ ਤੇ ਉਹਨਾਂ ਨੂੰ ਕਿਹਾ ਇਸ ਤਰ੍ਹਾਂ ਕਰ ਇਹਨਾਂ ਨੂੰ ਤੂੰ ਜਾ ਕੇ ਵਾਪਸ ਕਰ ਦੇ ਕਿ ਇਹ ਇਨੈਲੀਜੀਬਲ ਏ ਮੈਂ ਪੜ ਨਹੀਂ ਸਕਦਾ ਇਹਨੂੰ ਇਹਨੂੰ ਜਰਾ ਕਲੀਅਰਲੀ ਲਿਖ ਕੇ ਦੁਬਾਰਾ ਭੇਜੋ بس انہوں نے وہ ਕੀਤਾ ਉਹ ਤੇ لیٹر لگا کے واپس کر دی کمپلینٹ ایتھے اکانٹ پارٹ ਕੀਤਾ ਤੇ اج تک وہ کمپلینٹ واپس نہیں آئی مطلب وہ کمپلینٹ ਕਿੱਥੇ گئی انہوں ਨੂੰ ਆਪ ਨਹੀਂ ਪਤਾ ਉਹ ਸੱਚੇ ਮਰਸਾ ਨੇ ਐਸੇ ਉਹਨੂੰ ਕੀਤਾ ਕਿ ਵੀ ਉਹ ਖਤਮ ਹੋ ਗਈ ਇਹ ਕਹ ਦੂਸਰੀ ਘਟਨਾ ਜਿਹੜੀ ਤੀਸਰੀ ਘਟਨਾ ਕਾਨਪੂਰੀ ਹੁੰਦੀ ਸੀ ਜਿਵੇਂ ਜੈਤਈ ਸਿੰਘ ਨੂੰ ਦੱਸਿਆ ਕਿ ਹਰ ਸਾਲ ਉਹ ਦਸਹਰੇ ਦਾ ਪ੍ਰੋਗਰਾਮ ਕਦੀ ਮਿਸ ਨਹੀਂ ਸੀ ਕਰਦੇ ਸਮਾਗਮ ਤੇ ਇੱਕ ਸਾਲ ਇਸ ਤਰ੍ਹਾਂ ਕਿਤੇ ਹੋਇਆ ਸਮਾਗਮ ਦੀ ਛੁੱਟੀ ਨਹੀਂ ਮਿਲੀ ਉਹਨਾਂ ਨੂੰ ਉਨੇ ਕਹਿਆ ਵੀ ਤੇ ਗਾਰਡ ਇਸ ਸਟੇਸ਼ਨ ਰੇਲਵੇ ਸਟੇਸ਼ਨ ਉਹ ਕਹਿੰਦਾ ਨਹੀਂ ਜੀ ਵੀ ਗਾਰਡ ਦੀ ਸ਼ਾਰਟੇਜ ਹੈ ਤੁਸੀਂ ਛੁੱਟੀ ਨਹੀਂ ਮਿਲ ਸਕਦੀ ਤੁਹਾਨੂੰ ਬੜੀ ਰਿਕੁਐਸਟ ਕੀਤੀ ਕਿ ਨਹੀਂ ਮੈਂ ਜਾਣਾ ਛੜਣਾ ਨਹੀਂ ਸੀ ਚਾਹੁੰਦੇ ਦਸਹਰੇ ਦਾ ਪ੍ਰੋਗਰਾਮ ਕਦੀ ਨਹੀਂ ਛੱਡਦੇ ਉਹ ਕਹਿੰਦਾ ਛੁੱਟੀ ਨਹੀਂ ਮਿਲ ਸਕਦੀ ਤੂੰ ਐ ਜਾਣਾ ਤੇ じゃ ਮੈਂ ਛੁੱਟੀ ਨਹੀਂ ਦੇ ਸਕਦਾ ਉਹਨੇ ਕਹਿੰਦਾ ਚਲੋ ਠੀਕ ਹੈ ਉਸ ਦਿਨ ਘਰ ਆਏ ਰੈਜ਼ੀਗਨੇਸ਼ਨ ਲੈਟਰ ਲਿਖਿਆ ਇੱਕ ਛੁੱਟੀ ਐਪਲੀਕੇਸ਼ਨ ਕੀਤੀ ਦੋ ਲਫਾਫੇ ਪਾਏ ਜਾਣ ਤੋਂ ਪਹਿਲਾਂ ਕਰ ਅਰਦਾਸ ਕੀਤੀ कि ਸੱਚੇ ਪਾਸ਼ਾ ਮੈਂ ਚੱਲਾਂ ਹੁਣ ਤੂੰ ਆਪੇ ਸੰਭਾਲ ਲੈ। ਦੋ ਲਫਾਵੇ ਲੈ ਕੇ ਸਟੇਸ਼ਨ ਤੇ ਚਲੇ ਗਏ ਸਟੇਸ਼ਨ ਮਾਸਟਰ ਨੂੰ ਦਿੱਤੇ ਕਿ ਵੀ ਇਹ ਰੈਜ਼ੀਗਨੇਸ਼ਨ ਲੈਟਰ ਹੈ ਤੇ ਇਹ ਮੇਰੀ ਲੀਵ ਲੈਟਰ ਹੈ। ਹੁਣ ਜਿਹੜਾ ਤੈਨੂੰ ਕਬੂਲ ਹੈ ਤੂੰ ਐਕਸੈਪਟ ਕਰ ਲੈ। ਮੈਂ ਜਾਣਾ ਹੈ। ਤੇ ਗੁਰੂ ਮਹਾਰਾਜ ਦੀ ਮਿਹਰ ਮੈਂ ਉਹ ਦੱਸਾਂ ਕਿ ਵੀ ਉਹਨੇ ਕਿਹਾ ਅੱਛਾ ਜਾਣਾ ਤੇ ਚੱਲ ਠੀਕ ਹੈ ਤੂੰ ਜਾ। ਉਹਨਾਂ ਦੀ ਛੁੱਟੀ ਕਬੂਲ ਹੋ ਗਈ। ਸੋ ਇਹ ਗੱਲਾਂ ਜਦੋਂ ਕਈ ਵਾਰੀ ਦੇਖਦਾ ਨਾ ਬੰਦਾ ਸੋਚਦਾ ਕਿ ਕੁਝ ਨਾ ਕੁਝ ਤੇ ਹੈ ਜਿਸ ਨੂੰ ਕਿ ਉਹਨਾਂ ਦਾ ਨਿਸ਼ਠਾ ਭਰੋਸਾ ਜਿਹੜਾ ਕਿ ਇਹ ਕੋਈ ਆਮ ਆਦਮੀ ਨਹੀਂ ਕਰ ਸਕਦਾ ਅਸੀਂ ਲੋਕ ਸੋਚਨੇ ਆ ਕਰਨੇ ਆ ਲੇਕਿਨ ਇੱਕ ਹੋਰ ਘਟਨਾ ਜੇ ਮੈਂ ਦੱਸਾਂ ਐ ਮੈਨੂੰ ਪਤਾ ਲੱਗਦਾ ਹੈ ਕਿ ਅਸੀਂ ਕਈ ਵਾਰੀ ਕੰਮ ਕਰਦੇ ਵਿੱਚ ਉਹ ਕਦੀ ਨਾ ਅਰਦਾਸ ਨਹੀਂ ਸੀ ਤੇ ਕਰਦੇ ਸਾਡੀ ਅਸੀਂ ਬੱਚੇ ਸੀ ਕਹਿੰਦੇ ਡੈਡੀ ਵੀ ਅਸੀਂ ਐਗਜ਼ਾਮ ਦੇਣਾ ਹੈ ਸਾਡੀ ਅਰਦਾਸ ਕਰੋ ਇਹ ਜਨਰਲ ਕਾਮਨ ਹੁੰਦਾ ਹੈ ਕਿ ਭਈ ਅਸੀਂ ਇਹ ਕਰਨਾ ਸਾਡੀ ਅਰਦਾਸ ਕਰੋ ਡੈਡੀ ਉਹ ਕਹਿੰਦੇ ਸੀ ਨਹੀਂ ਤੂੰ ਮੈਂ ਕੀ ਕਰਨੀ ਆ ਤੂੰ ਜਾ ਬਾਬਾ ਜੀ ਦੇ ਅੱਗੇ ਅਰਦਾਸ ਕਰ ਆਪਣਾ ਮੱਥਾ ਟੇਕ ਤੇ ਤਰ੍ਹਾਂ ਕੰਮ ਹੋ ਜਾਏਗਾ ਉਹ ਕਦੀ ਵੀ ਸਾਡੇ ਪਰਸਨਲ ਲੈਵਲ ਤੇ ਜਿਹਨੂੰ ਕਹਿੰਦੇ ਨਾ ਕਰਤਿਅਰ ਅਰਦਾਸ ਨਹੀਂ ਜੀ ਕਰਦੇ। ਇੱਥੋਂ ਤੱਕ ਕਿ ਮੇਰੀ ਮਦਰ ਦੀ ਜੋ ਹਾਲਾਂਕਿ ਸਾਰੀ ਉਮਰ ਥੋੜਾ ਨਾ ਹੈਲਥ ਠੀਕ ਨਹੀਂ ਰਹਿੰਦੀ ਸੀ। ਤੇ ਮਦਰ ਦੇ ਉਹਨਾਂ ਨੂੰ ਮੰਮੀ ਨੇ ਅਸੀਂ ਕਹਿਣਾ ਡੈਟਿੰਗ ਮੰਮੀ ਦੇ ਅਰਦਾਸ ਕਰੋ। ਉਹ ਕਹਿੰਦੇ ਨਹੀਂ ਉਹਨਾਂ ਦੀ ਅਰਦਾਸ ਭਾਈ ਪੂਰਨ ਸਿੰਘ ਜੀ ਕਰਨਗੇ। ਭਾਈ ਜੀਵਨ ਸਿੰਘ ਜੀ ਕਰਨਗੇ। ਬਾਉ ਮਲ ਸਿੰਘ ਜੀ ਕਰਨਗੇ। ਤੇ ਉਹਨਾਂ ਨੇ ਕਦੀ ਵੀ ਅਰਦਾਸ ਨਹੀਂ ਕੀਤੀ ਆਪਣੇ ਵਾਸਤੇ। ਕਦੀ ਕਦੀ ਫਿਰ ਅਸੀਂ ਬਜ਼ੁਰਗ ਜਦੋਂ ਸਾਡੇ ਕੋਲ ਆਂਦੇ ਕਿ ਪੁੱਤ ਦਾ ਸੀ ਡਾਡੀ ਤੁਸੀਂ ਸਾਡੀ ਅਰਦਾਸ ਕਿਉਂ ਨਹੀਂ ਕਰਦੇ? ਉਹਨਾਂ ਦੇ ਇੱਕੋ ਗੱਲ ਕਰਨਾ ਸੀ ਕਹਿੰਦਾ ਮੈਂ ਗੁਰੂ ਨੂੰ ਇੰਨਾ ਹਲ ਤਪ ਕੀਤਾ ਇੰਨਾ ਕੁਝ ਕੀਤਾ ਹੀ ਨਹੀਂ ਕਿ ਮੈਂ ਕੁਝ ਮੰਗ ਸਕਾਂ ਤੇ ਮੈਂ ਮੰਗਨ ਜੋਗਾ ਨਹੀਂ ਤਾਂ ਤਾਂ ਕਰਕੇ ਮੇਰਾ ਰਿਲੇਸ਼ਨ ਇੰਨਾ ਹੀ ਇੱਕ ਮੈਂ ਜਿੰਨਾ ਹੋ ਜਾਵਾਂਗਾ ਮੈਂ ਕਰ ਲਾਂਗਾ ਮੰਗਨ ਦੂੰਗਾ ਮੈਂ ਮੰਗ ਲਾਂਗਾ ਆਪਣੇ ਵੱਲ ਤੋਂ ਮੈਂ ਇਹ ਦੁਨੀਆਦਾਰੀ ਚੀਜ਼ਾਂ ਮੈਂ ਕੀ ਮੰਗਾ ਸੋ ਇਹ ਕੁਝ ਗੱਲਾਂ ਨੇ ਜਿਹੜੀਆਂ ਕਿ ਆਪਣੇ ਆਪ ਅਸੀਂ ਆਪਣੇ ਹੁਣ ਸੋਚਨੇ ਆ ਤੇ ਆਪਣੇ ਆਪ ਨੂੰ ਪ੍ਰੇਰਿਤ ਕਰਨੇ ਦੀ ਕੋਸ਼ਿਸ਼ ਕਰਨੇ ਆ ਕਿ ਕਿਸ ਤਰ੍ਹਾਂ ਦੇ ਇਨਸਾਨ ਸੀ ਕਿ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਦਾ ਇੱਜ਼ਤ ਦੇਣੀ ਹੈ ਕਿਸ ਤਰ੍ਹਾਂ ਕਰਨਾ ਹੈ ਇਹੋ ਸਾਇਦ ਉਹਨਾਂ ਦਾ ਸਾਰਾ ਦੇਖ ਕੇ ਦੁਨੀਆ ਭਾਰ ਸੋਸ਼ਲ ਦਾ ਸਾਰਾ ਲੋਕੀ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਨੇ ਤਾਂ ਅਸੀਂ ਵੀ ਯਾਦ ਕਰਾਂਗੇ ਤੁਸੀਂ ਇੱਕ ਕਾਫੀ ਕੁਛ ਉਹਨਾਂ ਦੇ ਅਨਫੋਲੋਅ ਵਰਕੇ ਦਸ਼ਕਾਂ ਦੇ ਸੰਮੁਖ ਰੱਖੇ ਮੈਂ ਦੱਸਣਾ ਚਾਹਾਂਗਾ ਕਿ ਗਾਡ ਸਾਹਿਬ ਦਾ ਗੁਰਬਾਣੀ ਵਿਆਕਰਨ ਤੇ ਉਹਨਾਂ ਦੀ ਬੜੀ ਪੱਕੜ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਨੇ ਪਾਠੀ ਬਹੁਤ ਅੱਛੇ ਸਨ ਆਵਾਜ਼ ਬੜੀ ਸੁਰੇਲੀ ਸੀ ਚਿਹਰਾ ਦਗਦਗ ਕਰਦਾ ਸੀ ਚਿਹਰਾ ਸਦਾ ਹਸਮੁਖ ਸੀ ਔਰ ਉਹ ਜਿੱਥੇ ਵੀ ਜਾਂਦੇ ਸੀ ਉਹ ਆਪਣੀ ਮਹਿਕ ਛੱਡਦੇ ਸਨ ਔਰ ਭਾਈ ਸਾਹਿਬ ਜੀ 2019 ਨੂੰ ਇਸ ਫਾਨੀ ਸੰਸਾਰ ਤੋਂ ਸਦਾ ਲਈ کوچ ਕਰ ਗਏ ਮਗਰ ਜਾਨ ਤੂੰ ਮਗਰੋਂ ਆਪਣੇ ਪਿੱਛੇ ਆਪਣੀਆਂ ਅਮਿੱਟ ਛਾਪਾਂ ਛੱਡ ਗਏ ਨੇ ਅਸੀਂ ਸ੍ਰੀ ਅਪਿਤਪਾਲ ਸਿੰਘ ਹੋਰਾਂ ਦੇ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਆਪਣੇ ਸਤਿਕਾਰਯੋਗ ਪਿਤਾ ਦੇ ਬਾਰੇ ਕੁਝ ਹਾਂਜੀ ਜਾਣਕਾਰੀ ਦਿੱਤੀ ਪ੍ਰਸਪਾਲ ਸਿੰਘ ساری ਜ਼ਿੰਦਗੀ ਸਾਊਥ ਇਚ ਇਹਨਾਂ ਨੇ ਬਤਾਈ ਹੈ ਇਹਨਾਂ ਨੇ 38-39 ਸਾਲ ਪੰਜਾਬ ਸਿੰਧ ਬੈਂਕ ਦੇ ਕਾਫੀਸਰ ਦੇ ਤੌਰ ਤੇ ਕਮੈਨੇਜਰ ਦੇ ਤੌਰ ਤੇ ਹੋਰ ਉਥੋਂ ਦੇ ਜਿਹੜੇ ਨੇ ਮੈਂ ਜਿਹੜੇ ਆਫੀਸਰਜ਼ ਯੂਨੀਅਨ ਦੇ ਪ੍ਰਧਾਨ ਦੇ ਤੌਰ ਤੇ ਬਥਾਈ ਨੇ ਔਰ ਇਹਨਾਂ ਨੇ ਵਿਸ਼ੇਸ਼ ਤੌਰ ਤੇ ਜਦਾ ਹైదరాబాద్ ਵਿਜੀਬਾੜਾ ਮਦਰਾਸ ਔਰ ਬیدر ਇਹਨਾਂ ਥਾਵਾਂ ਤੇ ਇਹਨਾਂ ਦੀ ਪੋਸਟਿੰਗ ਹੋਈ ਹੈ ਅੱਜ ਇਹ ਸਾਡੇ ਵਿੱਚ ਇਹ ਸਾਰੀਆਂ ਗੱਲਾਂ ਸਾਂਝੀਆਂ ਕਰ ਰਹੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦਿਆਂ ਤੇ ਪਹਿਲੀ ਵਾਰ ਕੈਨੇਡਾ ਦੀ ਧਰਤੀ ਤੇ ਆਏ ਨੇ ਔਰ ਮੈਂ ਇਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜਦੋਂ ਤੁਸੀਂ ਨੈਕਸਟ ਟਾਈਮ ਆਓ ਤਾਸਿਫਿਰ ਚਰਦੀਖਲਾ ਟਾਈਮ ਟੀਵੀ ਦੇਗੇ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕਰਾਂਗੇ ਉਮੀਦ ਹੈ ਕਿ ਤੁਸੀਂ ਸਾਨੂੰ ਸਹਿਯੋਗ ਤੇ ਸਰਪ੍ਰਸਤੀ ਦਿਓਗੇ ਹੁਣ ਸਮਾਂ ਹੋ ਗਿਆ ਮੈਂ ਚਰਦੀਖਲਾ ਟਾਈਮ ਟੇਬਲ ਨੂੰ ਧੰਨਵਾਦ ਕਰਦਾ ਹੋਇਆ ਫਤਿਹ ਸਾਂਝੀ ਕਰਦਾ ਵਾਇਗਰ ਜੀ ਖਾਕਾਲ ਸਾਹਿਬ ਵਾਇਗਰ ਜੀ ਕੀ ਫਤਿਹ